ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਬੀਤੇ ਹਫਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ छਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਹੋਈਆਂ ਮੁੱਖ ਖਬਰਾਂ ਅਤੇ ਤਫਸਰਾ ਬੀਤੇ ਹਫਤੇ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਰਟਨਿੰਗ ਅਫਸਰ ਦੇ ਰੋਲ ਨੂੰ ਲੈ ਕੇ ਸੁਪਰੀਮ ਕੋਰਟ ਦਾ ਕਮੈਂਟ ਕਿ ਲੋਕਤੰਤਰ ਦੀ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸਾਰੀ ਹੀ ਅਖਬਾਰਾਂ ਦੀ ਸੁਰਖੀਆਂ ਵਿੱਚ ਰਿਹਾ ਪੰਜਾਬੀ ਅਖਬਾਰਾਂ ਵਿੱਚ ਪੰਥ ਅਤੇ ਪੰਜਾਬ ਦੀਆਂ ਹੋਰ ਮੁੱਖ ਖਬਰਾਂ ਇਹ ਹਨ ਮਹਾਰਾਸ਼ਟਰ ਦੀ ਇੱਕਨਾਥ ਸਿੰਦੇ ਸਰਕਾਰ ਵੱਲੋਂ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਵਿੱਚ ਮਨਮਾਨੀ ਤਬਦੀਲੀ ਦੇ ਖਿਲਾਫ ਸਿੱਖ ਜਗਤ ਵਿੱਚ ਭਾਰੀ ਰੋਸ ਲੇਕਿਨ ਹਜ਼ੂਰ ਸਾਹਿਬ ਦੇ ਪ੍ਰਬੰਧਕ ਅਤੇ ਜਥੇਦਾਰ ਖਾਮੋਸ਼ ਹਨ ਕਿ ਹੁਣ ਭਾਰਤ ਵਿੱਚ ਮੌਜੂਦਾ ਗੁਰਦੁਆਰਾ ਪ੍ਰਬੰਧਾਂ ਤੇ ਹਿੰਦੂਤਵਾ ਦਾ ਮੁਕੰਮਲ ਕਬਜ਼ਾ ਹੋ ਚੁੱਕਿਆ ਹੈ ਇਹ ਸਵਾਲ ਤਿੰਨ ਵਕਫ ਵਕ ਮਾਮਲਿਆਂ ਵਿੱਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਪਹਿਲਾ ਪੰਜਾਬ ਵਿੱਚ 1984 ਤੋਂ ਲੈ ਕੇ 1994 ਤੱਕ ਦੇ 10 ਸਾਲ ਦੌਰਾਨ ਪੁਲਿਸ ਵੱਲੋਂ ਮਾਰੇ ਗਏ ਬੇਦੋਸ਼ੇ ਹਜ਼ਾਰਾਂ ਨੌਜਵਾਨਾਂ ਬਾਰੇ ਜਾਂਚ ਨੂੰ ਲੈ ਕੇ 4 ਸਾਲ ਪਹਿਲਾਂ ਦائر ਇੱਕ ਲੋਕ ਹਿੱਤ ਪਟੀਸ਼ਨ ਦੀ ਸੁਲਵਾਈ ਕੀ ਦੂਸਰਾ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਨੂੰ ਉਹਨਾਂ ਵੱਲੋਂ ਰੱਦ ਕਰਨ ਦੀ ਮੰਗ ਤੇ ਫੈਸਲਾ ਲੈਣ ਦੀ ਦੇਰੀ ਕਿਉਂ ਕੀਤੀ ਜਾ ਰਹੀ ਹੈ ਅਤੇ ਤੀਜਾ ਕਾਰਜਕਾਰੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਬਾਬਤ ਹਾਈ ਕੋਰਟ ਵਿੱਚ ਝੂਠੇ ਤੱਥ ਪੇਸ਼ ਕਰਨ ਤੇ ਪੰਜਾਬ ਸਰਕਾਰ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ। ਚਾਪਲੂਸੀ ਦੀਆਂ ਹੱਦਾਂ ਟੱਪਦਿਆਂ ਹੋਇਆਂ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ। ਭਾਈ ਵੀਰ ਸਿੰਘ ਵੱਲੋਂ ਸਥਾਪਿਤ ਚੀਫ ਖਾਲਸਾ ਦੀਵਾਨ ਦੇ ਹੁਦੇਦਾਰਾਂ ਦੀ ਚੋਣ 18 ਫਰਵਰੀ ਨੂੰ ਪੰਥ ਵੱਲੋਂ 38 ਸਾਲ ਪਹਿਨਾ ਹੋਏ ਨਕੋਦਰ ਗੋਲੀ ਕਾਂਡ ਦੀ ਯਾਦ ਮਨਾਈ ਗਈ। جس دے نیاں دی اجے وی کوئی aas نہیں دربار صاحب امن سر دی ਵਿਰਾਸਤੀ ਗਲੀ ਵਿੱਚ ਦਸਤਾਰ ਨੂੰ غیر ਸਿੱਖਾਂ ਨੂੰ ਕਿਰਾਏ ਤੇ ਦਿੱਤੇ ਜਾਣ ਅਤੇ ਕਿਰਪਾਨਾਂ ਕੜੇ ਗਾਤਰੇ وغیرہ ਨੂੰ ਵੀ غیر ਸਿੱਖਾਂ ਨੂੰ ਵਿੱਚੇ ਜਾਣ ਦੇ ਬੇਰੋਗ ਟੋਕ ਥੰਦੇ ਕਰਕੇ ਹੋ ਰਹੀ ਬੇਦਵੀ ਅਤੇ ਉੱਥੇ ਬਣੇ ਜ਼ਿਆਦਾਤਰ ਹੋਟਲਾਂ ਸਰਾਵਾਂ ਅਤੇ ਗੈਸਟ ਹਾਊਸਾਂ ਨੂੰ ਦਿਨ ਵੇਲੇ ਬਦਕਾਰੀ ਦੇ ਅੱਡੇ ਵੱਜਿਓਂ ਮੁਰਤੇ ਜਾਣ ਦੀਆਂ ਖਬਰਾਂ ਲੇਕਿਨ ਅਫਸੋਸ ਇਨਾਂ ਨੂੰ ਰੋਕਣ ਲਈ ਨਾਤਾ ਜ਼ਿਲ੍ਹਾ ਪ੍ਰਸ਼ਾਸਨ ਨਾਹੀ ਸ਼੍ਰੋਮਣੀ ਕਮੇਟੀ ਅਤੇ ਨਾਹੀ ਸਤਕਾਰ ਕਮੇਟੀ ਵਾਲੇ ਧਿਆਨ ਦੇ ਰਹੇ ਹਨ। ਸੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਠ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਸਜੋਬਤ ਕੀਤੀਆਂ ਗਈਆਂ। ਅਤੇ ਕੁਮਾਂਤਰੀ ਖਬਰਾਂ ਵਿੱਚ ਬੁੱਗਲ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ ਜੈਮਨੀ ਉੱਪਰ ਪੰਜਾਬੀ ਨੂੰ ਨਾ ਸ਼ਾਮਲ ਕਰਨਾ ਪਾਕਿਸਤਾਨ ਵਿੱਚ ਸਿੱਖਾਂ ਦੀ ਚੋਣਾ ਵਿੱਚ ਨਾ માત્ર ਭਾਗੀਦਾਰੀ ਅਮਰੀਕੀ ਫੌਜ ਦੇ ਪਹਿਲੇ ਦਸਤਾਰਦਾਰ ਸਿੱਖ ਲੈਫਟ ਹੈਂਡ ਕਰਨਲ ਡਾਕਟਰ ਤੇਜਦੀਪ ਸਿੰਘ ਰਤਨ ਨੇ ਕੈਲੀਫੋਰਨੀਆ ਤੋਂ ਨਗਰ ਕੌਂਸਲ ਦੀ ਚੋਣ ਲੜਨ ਦਾ ਕੀਤਾ ਐਲਾਨ ਭਾਰਤ ਅਮਰੀਕਾ ਨਾਲ ਚੁਸਤੀ ਵਰਤ ਰਿਹਾ ਹੈ ਕਿਹਾ ਰਿਪਬਲਿਕਨ ਪਾਰਟੀ ਦੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਨਿੱਕੀ ਹੈਲੀਨੇ ਅਤੇ ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਆਪਣੇ ਦਖਲ ਦੇ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਕੀਤਾ ਖਾਰਜ ਪਰ ਕੀ ਹੈ ਸੱਚ ਇਹ ਵੀ ਜਾਣਾਂਗੇ ਇਸ ਦੇ ਨਾਲ ਹੀ ਤਫਸਰੇ ਵਿੱਚ ਪੰਥ ਨਾਲ ਸੰਬੰਧਤ ਤਾਜ਼ਾ ਮੁੱਦਿਆਂ ਤੇ ਖ਼ਬਰਾਂ ਦੀ ਰਾਇ ਵੀ ਜਾਣਾਂਗੇ ਹੁਣ ਖ਼ਬਰਾਂ ਵਿਸਥਾਰ ਨਾਲ ਹਿੰਦੂਤਵ ਅਤੇ ਤਾਕਤਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਜਦ ਮਹਾਰਾਸ਼ਟਰ ਦੀ ਇੱਕ ਨਾਤ ਸਿੰਦੇ ਸਰਕਾਰ ਨੇ ਤਖਤ ਸਤਖੰਡ ਅਪਚਲਨਗਰ ਹਜ਼ੂਰ ਸਾਹਿਬ ਦੇ ਬੋਰਡ ਦੇ ਐਕਟ 1956 ਨੂੰ ਲਾਂਬੇ ਕਰਕੇ 5 ਫਰਵਰੀ 2024 ਨੂੰ ਨਵਾਂ ਐਕਟ ਲਾਗੂ ਕਰ ਦਿੱਤਾ ਜਿਸ ਮੁਤਾਬਕ ਸਰਕਾਰ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ 4 ਮੈਂਬਰਾਂ ਨੂੰ ਘਟਾ ਕੇ ਸਿਰਫ 2 ਕਰ ਦਿੱਤੇ ਗਏ ਹਨ ਅਤੇ ਚੀਫ ਖਾਲਸਾ ਦੀਵਾਨ ਅਤੇ ਹਜ਼ੂਰੀ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਹੈ ਨਵੇਂ ਬਿੱਲ ਦੇ ਮੁਤਾਬਕ 17 ਮੈਂਬਰੀ ਬੋਰਡ ਵਿੱਚ ਸਰਕਾਰ ਵੱਲੋਂ ਨਾਮਜ਼ਦ 12 ਮੈਂਬਰਾਂ ਦੇ ਨਾਲ-ਨਾਲ ਤਿੰਨ ਮੈਂਬਰ ਚੋਣ ਜਿੱਤ ਕੇ ਆਉਣਗੇ ਅਤੇ ਦੋ ਮੈਂਬਰ ਸ਼੍ਰੋਮਣੀ ਕਮੇਟੀ ਨਾਮਜ਼ਦ ਕਰ ਸਕੇਗੀ ਪੰਥਕ ਖਲਕਿਆਂ ਵਿੱਚ ਇਸ ਦੇ ਖਿਲਾਫ ਤਿੱਖਾ ਪ੍ਰतिकਰਮ ਸਾਹਮਣੇ ਆਇਆ ਹੈ ਇਸ ਨੂੰ ਮਹਾਰਾਸ਼ਟਰ ਸਰਕਾਰ ਦਾ ਸਿੱਖ ਮਸਲਿਆਂ ਵਿੱਚ ਸਿੱਧੇ ਦਖਲ ਵਜੋਂ ਦੇਖਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਸੈਦ ਦੇ ਜਥੇਦਾਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਯਾਨੀ ਰਖਵੀਰ ਸਿੰਘ ਨੇ ਸ਼੍ਰੀ ਅਕਾਲ ਤਖਸੈਦ ਦੇ ਜਥੇਦਾਰ ਸਕਰੇਤ ਤੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਦਾ ਐਕਟ ਵਿੱਚ ਮਨਮਰਜ਼ੀ ਨਾਲ ਸੋਧ ਕਰਨਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਹੈ। ਉਹਨਾਂ ਆਖਿਆ ਕਿ ਸਿੱਖ ਪੰਥ ਆਪਣੇ ਪਾਵਨ ਗੁਰਦਆਰਿਆਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਹਾਰਾਸ਼ਟਰ ਸਰਕਾਰ ਨਾਲ ਗੱਲਬਾਤ ਕਰਕੇ ਉਸ ਤੋਂ ਸਿੱਖ ਵਿਰੋਧੀ ਫੈਸਲਾ ਵਾਪਸ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਤਾਮੀਨ ਨੇ ਮਹਾਰਾਸ਼ਟra ਸਰਕਾਰ ਦੀ ਇਸ ਦਖਲਅੰਦਾਜ਼ੀ ਦੀ ਨਿੰਦਾ ਕਰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਮਹਾਰਾਸ਼ਟra ਦੇ ਮੁੱਖ ਮੰਤਰੀ ਏਕਲਾਰ ਖਿੰਦੇ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਮੁਲਾਕਾਤ ਲਈ ਸਮਾਧਾਨ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਮਹਾਰਾਸ਼ਟra ਦੀ ਸੰਗਤ ਸਮੇਤ ਸਮੁੱਚੇ ਸਿੱਖ ਜਗਤ ਅੰਦਰ ਵੱਡੇ ਰੋਸ ਦੀ ਲਹਿਰ ਹੈ ਪ੍ਰਬੰਧਕੀ ਬੋਰਡ ਵਿੱਚ ਅਜੇ ਹੀ ਕਿਸੇ ਵੀ ਸੋਧ ਦਾ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਅਤੇ ਜਿੱਥੇਬੰਦੀਆਂ ਨਾਲ ਅਗਾਊਂ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਸੀ ਜੋ ਨਹੀਂ ਕੀਤਾ ਗਿਆ ਅਜੀਤ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਕਿ ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਅਜੇ ਹੀ ਕੋਸ਼ਿਸ਼ ਕਰ ਚੁੱਕੀ ਹੈ ਜਦ 6 ਕੋ ਮਹੀਨੇ ਪਹਿਲਾਂ ਉਸਨੇ ਕਿਸੇ ਗੈਰ ਸਿੱਖ ਨੂੰ ਤਖਤ ਸਚਕਣਸਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਸੀ ਉਸ ਵਕਤ ਸਿੱਖ ਹਲਕਿਆਂ ਦੇ ਰੋਸ ਅਤੇ ਯਤਨਾ ਸਦਕਾ ਇੱਕ ਨਾਸ ਸਿੰਦੇ ਨੂੰ ਉਸ ਨੂੰ ਬਦਲ ਕੇ ਸਾਫ ਦਾ ਆਈਏਐਸ ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਪ੍ਰਸ਼ਾਸਕ ਨਿਯੁਕਤ ਕਰਨਾ ਪਿਆ ਸੀ ਹੁਣ ਫਿਰ ਸਰਕਾਰ ਨੇ ਬਗੈਰ ਨੁਮਾਇੰਦਾ ਸਿੱਖ ਸੰਸਥਾਵਾਂ ਨਾਲ ਵਿਚਾਰ ਵਟਾਂਦਰਾ ਕੀਤੇ ਹੀ ਬਿੱਲ ਵਿੱਚ ਤਬਦੀਲੀਆਂ ਕਰਕੇ ਸਿੱਖਾਂ ਦੇ ਮਨਾਂ ਵਿੱਚ ਪਹਿਲਾਂ ਹੀ ਪੈਦਾ ਹੋਏ ਸ਼ੰਕਿਆਂ ਨੂੰ ਹੋਰ ਵੀ ਵਧਾ ਦਿੱਤਾ ਹੈ ਜਦ ਕਿ ਤਖਤ ਸਚਖੰਡ ਸੀ ਹਜ਼ੂਰ ਸਾਹਿਬ ਸਿੱਖਾਂ ਦਾ ਪੰਜਵਾਂ ਤਖਤ ਹੈ ਜਿਸ ਨਾਲ ਕਰੋਨਾ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਖਬਾਰ ਲਿਖਦਾ ਹੈ ਕਿ ਸਿੱਖਾਂ ਦੀ ਮੰਗ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਹੈ ਪਰ ਸਰਕਾਰ ਅਧਿਹਾ ਕਰਨ ਦੀ بجائے ਮੌਜੂਦਾ ਸਿੱਖ ਸੰਸਥਾਵਾਂ ਨੂੰ ਹੀ ਕਮਜ਼ੋਰ ਕਰਨ ਤੇ ਲਗੀਆਂ ਹੋਈਆਂ ਹਨ ਮਹਾਰਾਸ਼ਟਰ ਸਰਕਾਰ ਦੀ ਇਸ ਦਖਲਅੰਦਾਜ਼ੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਤਖਤ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇਂਦਰੀ ਸ਼ਿਗਰੂ ਸਿੰਘ ਸਭਾ ਚੰਡੀਗੜ੍ਹ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਤੇ ਹੋਰ ਕਈ ਸਿਆਸੀ ਦਲਾਂ ਦੇ ਬਿਆਨ ਅਖਬਾਰਾਂ ਵਿੱਚ ਛਪੇ ਹਨ 2015 ਦੇ ਸਰਬਤ ਖਾਸ ਸਾਦੇ ਮੁਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਇਸ தਖਲ ਅੰਦਾਜ਼ੀ ਨੂੰ ਭਾਜਪਾ ਦੀ ਗੀਣੀ ਮਿੱਠੀ ਚਾਲ ਦੱਸਿਆ ਹੈ ਲੇਕਿਨ ਹੈਰਾਨੀ ਹੈ ਕਿ ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੌਜੂਦਾ ਅਹੁਦੇਦਾਰਾਂ ਵੱਲੋਂ ਜਾਂ ਜਥੇਦਾਰ ਵੱਲੋਂ ਕੋਈ ਵੀ ਪ੍ਰਤੀਕਿਰਿਆ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਜੋ ਜ਼ਾਹਿਰ ਕਰਦੀ ਹੈ कि सरकारी ग़लबा किस क़दर पहला ही गुरुद्वारा प्रबंधन ਨੂੰ ਆਪਣੀ ਜਕੜ ਵਿੱਚ ਲੈ ਚੁੱਕਿਆ ਹੈ ਸਪੋਕਸਮੈਨ ਵਿੱਚ छपी खबर मुताबिक बीते तजरबे ते अलहार ते संगता श्रमणी कमिटी अते जत्थेदारਾਂ ਦੇ ਵਿਰੋਧ ਨੂੰ ਮਹਿਜ਼ ਕੋਰੀ ਬਿਆਨਬਾਜ਼ੀ ਵਜੋਂ ਹੀ ਦੇਖਦੀਆਂ ਹਨ ਉਹਨਾਂ ਦਾ ਤਰਕ ਹੈ ਜਿਸ ਤਰ੍ਹਾਂ 1999 ਵਿੱਚ श्रमणी कमिटी ਦੇ ਵਿਰੋਧ ਦੇ باوجود ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਸ ਗਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਕਮੇਟੀ ਦੇ ਹੱਥੋਂ ਨਿਕਲ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਬਣਾ ਦਿੱਤੀ ਗਈ ਦਿੱਲੀ ਕਮੇਟੀ ਅਤੇ ਹਰਿਆਣਾ ਕਮੇਟੀ ਅਜ ਪੂਰੀ ਤਰ੍ਹਾਂ ਤੇ ਭਾਜਪਾ ਦੇ ਅਧੀਨ ਹਨ ਅਤੇ ਉਹਨਾਂ ਦੇ ਵਿਰੋਧ ਨੂੰ ਲੈ ਕੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਸੁਰਵੀ ਨਰਮ ਪਹਿ ਚੁੱਕੇ ਹਨ ਕਿਸੇ ਸਮੇਂ ਪੰਜਾ ਤਖਤਾਂ ਦੇ ਜਥੇਦਾਰਾਂ ਦੀਆਂ ਮੀਟਿੰਗਾਂ ਦੌਰਾਨ ਤਖਤ શ્રી ਹਜ਼ੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਦੇ ਜਥੇਦਾਰਾਂ ਨੂੰ ਨਾ ਬੁਲਾਉਣਾ ਜਾਂ ਉਹਨਾਂ ਵੱਲੋਂ ਉਕਤ ਮੀਟਿੰਗਾਂ ਵਿੱਚ ਸ਼ਮੂਲੀਅਤ ਨਾ ਕਰਨੀ ਵੀ ਗੰਭੀਰ ਵਿਚਾਰ ਰਿਹਾ ਹੈ ਦੋਸ਼ ਇਹ ਵੀ ਹਨ ਕਿ ਅਕਾਲੀ ਭਾਜਪਾ ਗਠਜੋੜ ਦੇ ਦੌਰ ਵਿੱਚ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਦਲਾਂ ਵੱਲੋਂ ਭਾਜਪਾ ਜਾਂ ਆਰਐਸਐਸ ਦੇ ਵਿਰੁੱਧ ਕੋਈ ਵੀ ਬਿਆਨ ਦੇਣ ਦੀ ਸਖਤ ਮਨਾਹੀ ਸੀ ਜਿਸ ਕਰਕੇ ਆਰਐਸਐਸ ਨੇ ਚੁੱਪ-ਚੁਪੀ ਤੇ ਪੂਰੀ ਤਰ੍ਹਾਂ ਤੇ ਸਿੱਖ ਸੰਸਥਾਵਾਂ ਵਿੱਚ ਸਿਕੰਜਾ ਕੱਸ ਲਿਆ ਹੈ। ਮਤਲਬ ਇਹ ਕਿ ਹੁਣ ਇਸ ਸਿਕੰਜੇ ਨੂੰ ਤੋੜ ਸਕਣਾ ਮੁਸ਼ਕਲ ਹੋ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਹੁਣ ਭਾਰਤ ਵਿੱਚ ਸਾਰੇ ਗੁਰਦੁਆਰੇ ਸਰਕਾਰ ਅਤੇ ਹਿੰਦੂਤਵਾ ਵਿਚਾਰਧਾਰਾ ਦੇ ਕਬਜ਼ੇ ਵਿੱਚ ਜਾ ਚੁੱਕੇ ਹਨ। ਜੇ ਅਜਿਹਾ ਹੈ ਤਾਂ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਈ ਕੋਰਟ ਵੱਲੋਂ ਕੇਂਦਰ ਸਮੇਤ ਪੰਜਾਬ ਸਰਕਾਰ ਅਤੇ सीबीआई ਨੂੰ ਨੋਟਿਸ ਪੰਜਾਬ ਵਿੱਚ 1984 ਤੋਂ ਲੈ ਕੇ 1994 ਤੱਕ ਦੇ 10 ਸਾਲ ਦੌਰਾਨ ਪੁਲਿਸ ਵੱਲੋਂ ਮਾਰੇ ਗਏ ਵਿਦੋਸ਼ੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਕਰਕੇ ਉਹਨਾਂ ਦਾ ਗੁਪਤ ਤਰੀਕੇ ਨਾਲ ਸੰਸਕਾਰ ਕਰਕੇ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਦੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਨੂੰ ਲੈ ਕੇ 4 ਸਾਲ ਪਹਿਲਾਂ ਦਾਇਰ ਕੀਤੀ ਇੱਕ ਸਾਂਝੀ ਲੋਕ ਹਿੱਤ ਪਟੀਸ਼ਨ ਤੇ ਕਾਰਵਾਈ ਕਰਦੇ ਹੋਏ ਇਸ ਹਫਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਤੇ ਜਸਟਿਸ ਲਪੀਤਾ ਬੈਨਰਜੀ ਦੀ ਡਿਵੀਜ਼ਨ ਬੈਂਚ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਜ਼ਿਕਰਯੋਗ ਹੈ ਕਿ ਇਹ ਲੋਕ ਹਿੱਤ ਪਟੀਸ਼ਨ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਆਰਗੇਨਾਈਜੇਸ਼ਨ ਅਤੇ 9 ਹੋਰ ਲੋਕਾਂ ਨੇ 4 ਸਾਲ ਪਹਿਲਾਂ ਦਾਇਰ ਕੀਤੀ ਸੀ ਜਿਸ ਵਿੱਚ ਵਕੀਲ ਆਰ ਐਸ ਬੈਂਸ ਨੇ ਦਲੀਲ ਰੱਖੀ ਸੀ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ 1995 ਵਿੱਚ ਸਰਦਾਰ ਗੁਰਚਰਨ ਸਿੰਘ ਟੋਹੜਾ ਦੇ ਇੱਕ ਪੱਤਰ ਦਾ ਨੋਟਿਸ ਲੈਂਦਿਆ ਹੋਇਆ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ 1996 ਵਿੱਚ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ 1984 ਤੋਂ ਲੈ ਕੇ 1994 ਦੇ ਦਰਮਿਆਨ ਸਿਰਫ ਤਰਨਤਾਰਨ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ ਵਿੱਚ ਹੀ 984 ਲੋਕਾਂ ਦਾ ਗੈਰ ਕਾਨੂੰਨੀ ਢੰਗ ਨਾਲ ਸੰਸਕਾਰ ਕੀਤਾ ਗਿਆ ਸੀ ਐਡਵੋਕੇਟ ਆਰ.ਐਸ. ਬੈਂਸ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਉਕਤ ਵਕਫੇ ਦੌਰਾਨ 6733 ਦੇ ਕਰੀਬ ਪੁਲਿਸ ਮੁਕਾਬਲੇ ਲੋਕਾਂ ਦੀ ਹਿਰਾਸਤੀ ਮੌਤ ਤੇ ਉਹਨਾਂ ਦੀਆਂ ਲਾਸ਼ਾਂ ਦੇ ਸੰਸਕਾਰ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਅਜਿਹੇ ਮਾਮਲਿਆਂ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚੋਂ ਸਿਰਫ 2 ਫੀਸਦੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ ਇਹ ਬਹੁਤ ਹੀ ਗੰਭੀਰ ਮਸਲਾ ਹੈ ਜੇਕਰ ਸੂਬੇ ਦੇ ਸਾਰੇ ਸ਼ਮਸ਼ਾਨ ਘਾਟਾਂ ਤੋਂ ਉਸ ਸਮੇਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪੱਪਲਪ੍ਰੀਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਬੁੱਕਣਵਾਲਾ ਕੁਲਵੰਤ ਸਿੰਘ ਰਾਏਕੇ ਸਰਬਜੀਤ ਕਲਸੀ ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਜੋ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਦੀ ਐਨਐਸਏ ਵਿਰੁੱਧ ਕੀਤੀ ਗ੍ਰਿਫਤਾਰੀ ਰੱਦ ਕਰਨ ਦੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਤੀ ਗਈ ਸੀ ਉਸੇ ਉੱਤੇ ਸੁਣਵਾਈ ਕਰਦੇ ਹੋਏ ਇਸ ਹਫਤੇ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਦੱਸੇ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਨੂੰ ਉਹਨਾਂ ਵੱਲੋਂ ਰੱਦ ਕਰਨ ਦੀ ਮੰਗ ਤੇ ਫੈਸਲਾ ਲੈਣ ਵਿਰੁੱਧ ਦੇਰੀ ਕਿਉਂ ਹੋ ਰਹੀ ਹੈ ਦਰਸਲ ਇਹਨਾਂ ਬੰਦੀ ਸਿੰਘਾਂ ਦੇ ਵਕੀਲ ਸੀਨੀਅਰ ਐਡਵੋਕੇਟ ਵਿਪਿਨ ਕਈ ਅਤੇ ਨਵਕਿਰਨ ਸਿੰਘ ਨੇ ਹਾਈ ਕੋਰਟ ਦਾ ਧਿਆਨ ਦਿਵਾਇਆ ਹੈ ਕਿ ਮੰਗ ਪੱਤਰਾਂ ਤੇ ਫੈਸਲਾ ਲੈਣ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ ਜਿਸ ਨਾਲ ਸਮਾਂ ਬਰਬਾਦ ਹੋਇਆ ਜੇਲ੍ਹ ਵਿੱਚ ਬੰਦੀਆਂ ਨੂੰ ਉਹਨਾਂ ਦੇ ਵਿਰੁੱਧ ਤੱਥ ਮੁਹੱਈਆ ਕਰਾਉਣ ਵਿੱਚ ਹੀ ਤਕਨੀਕੀ ਗੜਬੜੀ ਕੀਤੀ ਗਈ ਤੇ ਇਸ ਨਾਲ ਉਹਨਾਂ ਨੂੰ ਆਪਣਾ ਪੱਖ ਰੱਖਣ ਵਿੱਚ ਪਰੇਸ਼ਾਨੀ ਆਈ ਵਕੀਲਾ ਨੇ ਬੈਂਚ ਨੂੰ ਦੱਸਿਆ ਕਿ ਬੰਦੀਆਂ ਨੂੰ ਤੱਥ ਪੈਨ ਡਰਾਈਵ ਦੇ ਦਿੱਤੇ ਗਏ ਪਰ ਜੇਲ੍ਹ ਵਿੱਚ ਉਹਨਾਂ ਨੂੰ ਇਹ ਪੈਨ ਡਰਾਈਵ ਚਲਾਉਣ ਲਈ ਉਪਕਰਣ ਮੁਹੱਈਆ ਨਹੀਂ ਕਰਵਾਏ ਗਏ ਅਤੇ ਉਹ ਸਮੇਂ ਸਿਰ ਤੱਥ ਨਹੀਂ ਦੇਖ ਸਕੇ ਇਸ ਦੇ ਜਵਾਬ ਵਿੱਚ ਪੰਜਾਬ ਦੇ ਸਰਕਾਰੀ ਵਕੀਲ ਨੇ ਗੱਲ ਡਿਬਰੂਗੜ੍ਹ ਜੇਲ ਸੁਪਰਡੈਂਟੇ ਸੁੱਟਣੀ ਚਾਹੀ ਲੇਕਿਨ ਬੈਂਚ ਨੇ ਕਿਹਾ ਕਿ ਮੁਲਜ਼ਮ ਪੰਜਾਬ ਦੇ ਹਨ ਤੇ ਇਹ ਸੂਬਾ ਪੰਜਾਬ ਦੀ ਡਿਊਟੀ ਬਣਦੀ ਹੈ ਕਿ ਉਹ ਡਿਬਰੂਗੜ੍ਹ ਜੇਲ ਸੁਪਰਡੈਂਟ ਤੋਂ ਇਸ ਬਾਰੇ ਸਥਿਤੀ ਸਪਸ਼ਟ ਕਰਕੇ ਦੱਸੇ ਹਾਈ ਕੋਰਟ ਨੇ ਇਹ ਜਵਾਬ 19 ਫਰਵਰੀ ਤੱਕ ਮੰਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਰਜਕਾਰੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਹਿਰਾਸਤ ਸੰਬੰਧੀ ਹਾਈ ਕੋਰਟ ਵਿੱਚ ਝੂਠੇ ਤੱਥ ਪੇਸ਼ ਕਰਨ ਅਤੇ ਜਗਰਾਵਾ ਪੁਲਿਸ ਜ਼ਿਲ੍ਹੇ ਦੇ ਤਤਕਾਲੀ ਸਸਪੇ ਸੌਰਣ ਸਿੰਘ ਐਸ ਐਚ ਓ ਗੁਰਮੀਤ ਸਿੰਘ ਤੇ ਸੀਆਈਏ ਇੰਚਾਰਜ ਅਜੀਤ ਸਿੰਘ ਦੇ ਵਿਰੁੱਧ ਅਪਰਾਧਿਕ ਮਾਮਲੇ ਚਲਾਉਣ ਦੀ ਮੰਗ ਤੇ ਪੰਜਾਬ ਸਰਕਾਰ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਹਾਈ ਕੋਰਟ ਵੱਲੋਂ ਇਹ ਨੋਟਿਸ ਭਾਈ ਕੌਂਕੇ ਦੇ ਪੁੱਤਰ ਹਰੀ ਸਿੰਘ ਸੇਖੋਂ ਵੱਲੋਂ ਦਾਇਰ ਪਟੀਸ਼ਨ ਤੇ ਕੀਤਾ ਗਿਆ ਹੈ ਬੀਤੇ ਦਿਨੀ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਚਾਪਲੂਸੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਗੁਰਦੁਆਰਾ ਰਕਾਬ ਗੰਜ ਬਾਰੇ ਆਖਿਆ ਗਿਆ ਕਿ ਪਹਿਲਾਂ ਇਹ ਜਗਾ ਮੁਸਲਮਾਨਾਂ ਦੀ ਮਸਜਿਦ ਸੀ ਜਦੋਂ ਬਾਬਾ ਬਖੀਲ ਸਿੰਘ ਨੇ ਦਿੱਲੀ ਫਤਿਹ ਕੀਤੀ ਤਾਂ ਆਪਣੇ ਰਾਜ ਦੇ ਕਰਿਸ਼ਮੇ ਨਾਲ ਮਸਜਿਦ ਢਾਕੇ ਗੁਰਦੁਆਰਾ ਰਕਾਬ ਗੰਜ ਬਣਾਇਆ ਸੀ ਜੋ ਬਿਲਕੁਲ ਗਲਤ ਹੈ ਇਸ ਦੀ ਨਿਖੇਦੀ ਕਰਦੇ ਹੋਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਨੇ ਕਿਹਾ ਹੈ ਕਿ ਮਨਜਿੰਦਰ ਸਿਰਸਾ ਦੀ ਇਹ ਬਕਵਾਸ ਰੂਪੀ ਸ਼ੋਸ਼ਾ ਬਹੁਤ ਗੰਭੀਰ ਹੈ ਅਤੇ ਪਵਿੱਖ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਇੱਕ ਖੂਨੀ ਜੰਗ ਦਾ ਕਾਰਨ ਬਣ ਸਕਦਾ ਹੈ ਇਸ ਬਿਆਨ ਰਾਹੀ ਸਿਰਸੇ ਨੇ ਇੱਕ ਤਰ੍ਹਾਂ ਤੇ ਮੁਸਲਮਾਨਾਂ ਨੂੰ ਗੁਰਦੁਆਰਾ ਰਕਾਬगंज ਤੇ ਆਪਣਾ ਦਾਵਾ ਕਰਨ ਦਾ ਸੱਦਾ ਦਿੱਤਾ ਹੈ ਇਤਿਹਾਸ ਗਵਾਹ ਹੈ ਕਿ ਸਿੱਖਾਂ ਦਾ ਜਦੋਂ ਵੀ ਰਾਜ ਆਇਆ ਤਾਂ ਉਹਨਾਂ ਮੰਦਰਾਂ ਤੇ ਮਸਜਿਦਾਂ ਦੀ ਉਸਾਰੀ ਵਿੱਚ ਯੋਗਦਾਨ ਹੀ ਪਾਇਆ ਹੈ ਅਤੇ ਲੋੜ ਅਨੁਸਾਰ ਰੱਖਿਆ ਵੀ ਕੀਤਾ ਹੈ ਇਧਰ ਇੱਕ ਪਾਸੇ ਅਕਾਲੀ ਦਲ ਬਦਲਦੇ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸਿਰਸਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਬੇਨਤੀ ਕੀਤੀ ਹੈ ਤਾਂ ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮਿਟੀ ਤੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿਰਸਾ ਦਾ ਇਹ ਬਿਆਨ ਐਸਜੀਪੀਸੀ ਦੀ ਪੁਸਤਕ ਤੇ ਆਧਾਰਿਤ ਹੈ। ਅਸਲੀਅਤ ਕੀ ਹੈ ਇਹ ਇੱਕ ਪ੍ਰਚਾਰਕ ਨੇ ਟੀਵੀ 84 ਨੂੰ ਤੇ ਇੰਟਰਵਿਊ ਜੋ ਦੱਸਿਆ ਉਹ ਇਸ ਤਰ੍ਹਾਂ ਹੈ ਜਿੱਥੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਆ ਉਹਦੇ ਨਾਲ ਹੀ ਮਸੀਤ ਆ ਠੀਕ ਆ ਉਸ ਤੋਂ ਬਾਅਦ ਸਿੱਖਾਂ ਦੇ ਕੋਲ ਰਾਜਭਾਗ ਵੀ ਆਇਆ ਤੇ ਜੇ ਕੋਈ ਸਿੱਖ ਮਸੀਤਾਂ ਦੇ ਵੈਰੀ ਹੁੰਦੇ ਜਿਹੜੇ ਤਰੀਕੇ ਨਾਲ ਇਹ ਪੇਸ਼ ਕਰ ਰਿਆ ਤੇ ਫਿਰ ਸ਼ੀਸ਼ਗੰਜ ਸਾਹਿਬ ਦੇ ਲਾਗੇ ਮਸੀਤ ਹੁੰਦੀ ਅੱਜ ਵੀ ਹੈਗੀ ਆ ਨਾ ਸਿੱਖੀ ਦੀ ਸਭ ਤੋਂ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਜੋ ਕਿ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੀ ਹੋਈ ਹੈ ਉਸ ਦੇ ਅਹੁਦੇਦਾਰਾਂ ਦੀ ਚੋਣ ਹੋਣ ਜਾ ਰਹੀ ਹੈ ਜਿਸ ਵਿੱਚ ਪ੍ਰਧਾਨ ਦੋ ਮੀਤ ਪ੍ਰਧਾਨ ਦੋ ਆਨਰੇਡੀ ਸਕੱਤਰ ਅਤੇ ਇੱਕ ਰੈਜ਼ੀਡੈਂਟ ਪ੍ਰਧਾਨ ਦੀ ਚੋਣ ਹੋਣੀ ਹੈ। ਦੋਹਾ ਧਰ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਕਾਬਜ਼ ਧਰ ਨੇ ਆਪ ਤੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੇਜਰ ਨੂੰ ਪ੍ਰਧਾਨ ਅਤੇ ਸਰਦਾਰ ਸੰਤੋਖ ਸਿੰਘ ਸੇਠੀ ਅਤੇ ਸਰਦਾਰ ਜਗਜੀਤ ਸਿੰਘ ਨੂੰ ਮੀਤ ਪ੍ਰਧਾਨ ਲਈ ਉਮੀਦਵਾਰ ਐਲਾਨਿਆ ਹੈ। ਜਦਕੀ ਵਿਰੋਧੀ ਧਰ ਨੇ ਚੀਫ ਖਾਲਸਾ ਦੀਵਾਨ ਬਚਾਓ ਮੋਰਚਾ ਦੇ ਨਾਮ ਤੇ ਸਿੱਖ ਪ੍ਰਚਾਰਕ ਸੁਰਿੰਦਰਜੀਤ ਸਿੰਘ ਪਾਲ ਜੋ ਕਿ ਰਿਟਾਇਰਡ ਕਮਿਸ਼ਨਰ ਇਨਕਮ ਟੈਕਸ ਹਨ ਨੂੰ ਪ੍ਰਧਾਨ ਅਮਰਜੀਤ ਸਿੰਘ ਵਿਕਰਾਂਤ ਨੂੰ ਮੀਤ ਪ੍ਰਧਾਨ ਅਤੇ ਸਰਬਜੀਤ ਸਿੰਘ ਪੁੱਤਰ ਸਾਫਕਾ ਪ੍ਰਧਾਨ ਕਿਰਪਾਲ ਸਿੰਘ ਨੂੰ ਜਨਰਲ ਸਕੱਤਰ ਦੇ ਅਹੁਦੇ ਲਈ ਐਲਾਨਿਆ ਹੈ। ਚੋਣ ਦਫ਼ਤਰوں ਨੂੰ ਡਾਕਟਰ ਨਿਜਰ ਤੜਲੇ ਨੂੰ ਨਗਾਰਾ ਅਤੇ ਪਾਲ ਤੜਲੇ ਨੂੰ ਖੰਡਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਚੀਫ਼ ਖਾਲਸਾ ਦੀਵਾਨ 115 ਸਾਲ ਪੁਰਾਣੀ ਗੈਰ ਸਿਆਸੀ ਸਿੱਖ ਸੰਸਥਾ ਹੈ ਜਿਸ ਦੀ ਸਥਾਪਨਾ ਭਾਈ ਵੀਰ ਸਿੰਘ ਦੇ ਯਤਨਾਂ ਸਦਕਾ ਹੋਈ ਸੀ। ਅੱਜ ਦੇ ਵਕਤ ਦੇਸ਼ ਭਰ ਵਿੱਚ ਇਸ ਦੇ 500 ਤੋਂ ਵੱਧ ਮੈਂਬਰ ਹਨ ਜੋ ਇਸ ਚੋਣ ਵਿੱਚ ਸ਼ਾਮਲ ਹੋਣਗੇ ਇਸ ਸੰਸਥਾ ਵੱਲੋਂ ਦੇਸ਼ ਭਰ ਵਿੱਚ ਲਗਭਗ 48 ਸਕੂਲ 3 ਕਾਲਜ ਅनाथ ਆਸ਼ਰਮ ਬੁਢਾਪਾ ਘਰ ਹਸਪਤਾਲ ਅਤੇ ਕਲੀਨਿਕ ਚਲਾਏ ਜਾ ਰਹੇ ਹਨ ਇਸ ਹਫਤੇ ਪੰਜਾਬੀ ਅਖਬਾਰਾਂ ਵਿੱਚ 38 ਸਾਲ ਪਹਿਲਾਂ ਹੋਏ ਨਕਦਰ ਗੋਲੀ ਕਾਂਡ ਦੀ ਯਾਦ ਨੂੰ ਲੈ ਕੇ ਵੀ ਖਬਰਾਂ ਅਤੇ ਲੇਖ ਛਪੇ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਦੀਆਂ ਸੰਗਤਾਂ ਵੱਲੋਂ ਵੀ ਕਰਵਾਏ ਗਏ ਸ਼ਹੀਦੀ ਸਮਾਗਮ ਦੀ ਖਾਸ ਰਿਪੋਰਟ छਪੀ ਹੋਇਆ ਇਸ ਤਰ੍ਹਾਂ ਸੀ ਕਿ 2 ਫਰਵਰੀ 1986 ਵਿੱਚ ਨਕੌਦਰ ਵਿੱਚ ਸ੍ਰੀ ਗੁਰੂ ਰੰਸਾਹਬ ਜੀ ਦੇ ਪਾਵਨ ਸਰੂਪ ਅਗਨਪੇਟ ਕਰ ਦਿੱਤੇ ਗਏ ਸਨ ਪਰ ਅਗਲੇ ਦਿਨ ਜਦੋਂ ਸਿੱਖ ਸੰਗਤਾਂ ਨੇ ਇਸ ਕਿਡਾਉਣੀ ਘਟਨਾ ਤੇ ਰੋਸ ਪ੍ਰਗਟਾਉਣਾ ਸ਼ੁਰੂ ਕੀਤਾ ਤਾਂ 4 ਫਰਵਰੀ ਨੂੰ ਜ਼ਾਲਮ ਅਫਸਰਾ ਦਰਬਾਰਾ ਸਿੰਘ ਗੁਰੂ ਅਤੇ ਇਜ਼ਹਾਰ ਆAlam ਨੇ 4 ਸਿੱਖ ਨੌਜਵਾਨਾਂ ਨੂੰ ਅੰਨੇ ਤਸ਼ੱਦਦ ਨਾਲ ਸ਼ਹੀਦ ਕਰ ਦਿੱਤਾ ਸੀ ਇਥੋਂ ਤੱਕ ਕਿ ਉਹਨਾਂ ਦੀਆਂ ਮਰਤਕ ਦੀਹਾਂ ਵੀ ਪਰਵਾਰ ਵਾਲਿਆਂ ਨੂੰ ਨਹੀਂ ਸੰਦਿਤੀਆਂ ਗਈਆਂ ਇਸ ਕਾਂਡ ਤੇ ਅਜ ਤੱਕ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਬਣੀ ਪਰ ਅਜ ਤੱਕ ਜਨਤਕ ਨਹੀਂ ਕੀਤੀ ਗਈ ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਈ ਕੌਕੇ ਦੀ ਤਿਵਾੜੀ ਰਿਪੋਰਟ ਦਬਾ ਕੇ ਰੱਖੀ ਗਈ ਤੇ ਸੁਮੇਸ਼ ਸੈਣੀ ਨੂੰ ਡੀਜੀਪੀ ਬਣਾ ਦਿੱਤਾ ਗਿਆ ਉਸੇ ਤਰ੍ਹਾਂ ਨਕੋਦਰ ਦੇ ਕਾਤਲਾਂ ਦਰਬਾਰਾ ਸਿੰਘ ਗੁਰੂ ਨੂੰ ਪੰਜਾਬ ਦਾ ਸਭ ਤੋਂ ਵੱਡਾ ਅਫਸਰ ਬਣਾਇਆ ਗਿਆ ਇਜ਼ਹਾਰ ਆਲਮ ਨੂੰ ਆਲਮ ਸੇਨਾ ਬਣਾਉਣ ਦੀ ਆਗਿਆ ਦਿੱਤੀ ਗਈ ਉਸ ਦੀ ਪਤਨੀ ਨੂੰ ਵਜ਼ੀਰ ਬਣਾਇਆ ਗਿਆ ਰੋਜ਼ਾਨਾ ਸਪੋਕਸਮੈਨ ਨੇ ਸ਼ੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਿੱਚ ਖੁੱਲੀਆਂ ਦੁਕਾਨਾਂ ਤੇ ਸਿੱਖ ਪਹਿਚਾਣ ਦੀ ਪ੍ਰਤੀਕ ਦਸਤਾਰ ਨੂੰ ਗੈਰ ਸਿੱਖਾਂ ਨੂੰ ਕਿਰਾਏ ਤੇ ਦਿੱਤੇ ਜਾਣ ਅਤੇ ਕਿਰਪਾਨਾਂ ਕੜੇ ਗਾਤਰੇ ਵਗੈਰਾ ਨੂੰ ਗੈਰ ਸਿੱਖਾਂ ਨੂੰ ਖੁੱਲੇ ਆਮ ਵਿੱਚੇ ਜਾਣ ਦੇ ਤੰਦੇ ਨੂੰ ਲੈ ਕੇ ਸ਼ਰਮਸਾਰ ਕਰਨ ਵਾਲੀ ਰਿਪੋਰਟ ਛਾਪੀ ਇਹ ਸਿਰਫ ਪੈਸਿਆਂ ਦੀ ਲਾਲਤ ਵਿੱਚ ਦੁਕਾਨਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਗੈਰ ਸਿੱਖ ਯਾਤਰੀ ਦਸਤਾਨਾ ਬਨਵਾ ਕੇ ਸ਼੍ਰੀ ਦਰਬਾਰ ਸਾਹਿਬ ਪਲਾਜ਼ਾ ਵਿੱਚ ਖੜਕੇ ਤਸਵੀਰਾਂ ਖਿਚਾਉਂਦੇ ਹਨ ਤੇ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਕਈ ਸ਼ਰਾਰਤੀ ਤਾਂ ਦਸਤਾਨਾ ਬਨਵਾ ਕੇ ਹੱਥ ਵਿੱਚ ਸਿਗਰਟ ਲੈ ਕੇ ਵੀ ਤਸਵੀਰਾਂ ਖਿਚਾਉਣ ਤੇ ਸੋਸ਼ਲ ਮੀਡੀਆ ਤੇ ਪਾਉਣ ਤੋਂ ਗੁਰੇਜ਼ ਨਹੀਂ ਕਰਦੇ ਕਈ ਗਾਤਰੇ ਕਿਰਪਾਨਾ ਵਰਗੇ ਕਕਾਰਾਂ ਦੀ ਵਰਤੋਂ ਵੀ ਸਿੱਖਾਂ ਨੂੰ ਚਿਹਾਉਣ ਲਈ ਕਰਦੇ ਹੋਏ ਵੇਖੇ ਗਏ ਹਨ ਹੀ ਨਹੀਂ ਵਿਰਾਸਤੀ ਗਲੀ ਤੋਂ ਲੈ ਕੇ ਪੂਰੇ ਗਲਿਆਰੇ ਦੇ ਨੇੜਲੇ ਬਾਜ਼ਾਰਾਂ ਵਿੱਚ ਬਣੇ ਹੋਟਲ ਸਰਾਵਾਂ ਤੇ ਗੈਸਟ ਹਾਊਸਾਂ ਦੀ ਹਾਲਤ ਇਸ ਤੋਂ ਵੱਖਰੀ ਨਹੀਂ ਹੈ ਜ਼ਿਆਦਾਤਰ ਹੋਟਲਾਂ ਸਰਾਵਾਂ ਤੇ ਗੈਸਟ ਹਾਊਸਾਂ ਵਿੱਚਲੇ ਕਮਰੇ ਦਿਨ ਵੇਲੇ ਤਾਂ ਬਦਕਾਰੀ ਦੇ ਅੱਡੇ ਵਜੋਂ ਵਰਤੇ ਜਾਂਦੇ ਹਨ ਤੇ ਸ਼ਾਮ ਨੂੰ ਇਹਨਾਂ ਕਮਰਿਆਂ ਨੂੰ ਯਾਤਰੀਆਂ ਦੀ ਰਿਹਾਈ ਲਈ ਕਿਰਾਏ ਤੇ ਚੜਾਇਆ ਜਾਂਦਾ ਹੈ افسوس دی گل اے کہ اِنا ਧਰਮ ਵਿਰੋਧੀ ਅਤੇ ਸਮਾਜ ਵਿਰੋਧੀ ਕੰਮਾਂ ਨੂੰ ਰੋਕਣ ਲਈ نہ تاں ਜ਼ਿਲ੍ਹਾ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਨਾ ਹੀ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਸਤਕਾਰ ਕਮੇਟੀਆਂ ਦਾ ਇਸ ਪਾਸੇ ਧਿਆਨ ਹੈ। اک ہور خبر مطابق شری ਹਰਮੰਦਰ ਸਾਹਿਬ ਦੇ ਵਿਰਾਸਤੀ ਮਾਰਗ 'ਚ ਹੁਣ ਵੀਡੀਓਗ੍ਰਾਫੀ ਅਤੇ ਪ੍ਰੀ-ਵੇਡਿੰਗ ਸ਼ੂਟਿੰਗ ਮਨਾ ਕਰ ਦਿੱਤੀ ਗਈ ਹੈ। ਉਲੰਘਣਾ ਕਰਨ تے ہوے گی کاروائی۔ ਗੁਰਦੁਆਰਾ ਬڑا ਸਿੱਖ ਸੰਗਤ ਕੋਲਕਾਤਾ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਵਿੱਚ ਉਹਨਾਂ ਦੇ ਸ਼ਰਾਬ ਦੇ ਕਈ ਠੇਕੇ ਅਤੇ ਹੁੱਕਾ 바ਰ ਚੱਲਦੇ ਹਨ ਜਦ ਇਹ ਗੱਲ ਅਕਾਲ ਤਖਸੈਹ ਦੀ ਨੋਟਿਸ ਦਿੱਤੀ ਜਾਂਦੀ ਗਈ ਤਾਂ ਗਿਆਨੀ ਰਖਵੀਰ ਸਿੰਘ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਹੈ ਹੈਰਾਨੀ ਇਸ ਖਬਰ ਤੇ ਵੀ ਹੋਈ ਕਿ ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨ ਜਸਟਿਸ ਐਚਐਸ ਪੱਲਾ ਨੇ ਪਹਿਲਾਂ ਸੂਬੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਪਰ 24 ਘੰਟੇ ਦੇ ਅੰਦਰ ਹੀ ਮੁਲਤਵੀ ਵੀ ਕਰ ਦਿੱਤੀਆਂ ਇਸ ਦਾ ਕਾਰਨ ਉਹਨਾਂ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆ ਦਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਠ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਸਜੋਬਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਿੱਖ ਇਤਿਹਾਸਕਾਰ ਸਵਰਨ ਸਿੰਘ ਚੂਸਲੇਵਲ ਬਾਬਾ ਜੰਗ ਸਿੰਘ ਸੰਪਰਦਾਇ ਮੁਖੀ ਬੁੰਗਾ ਮਸਤਵਾਣਾ ਕਥਾਵਾਚਕ ਜਾਨੀ ਦਲੀਪ ਸਿੰਘ ਜਥੇਦਾਰ ਬਾਨ ਸਿੰਘ ਹੰਬੋ ਪ੍ਰਿੰਸੀਪਲ ਸੁਰਿੰਦਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਜਥੇਦਾਰ ਰਤਨ ਸਿੰਘ ਜ਼ਫਰਵਾਲ ਬੱਬਰ ਅਕਾਲੀ ਜਰਨੈਲ ਸਿੰਘ ਕਾਲਰੇ ਬਾਬਾ ਚੰਦਾ ਸਿੰਘ ਮਹੰਤ ਹਨ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਜਾਨੀ ਅਮਰਜੀਤ ਸਿੰਘ ਬਾਬਾ ਨਿਹਾਲ ਸਿੰਘ ਮੁਖੀ ਤਰਨਾਦਲ ਹਰੀਆਂ ਬੇਲਾਂ ਵਾਲੇ ਤੇ ਮੈਂਬਰ ਭਾਈ ਮਨਜੀਤ ਸਿੰਘ ਨੇ ਨਿਭਾਈ ਇਹ ਤਸਵੀਰ ਹੈ ਕੌਮੀ ਇਨਸਾਫ ਮੋਰਚੇ ਦੇ ਜਥੇ ਦੀ ਜੋ ਬੀਤੇ 1 ਸਾਲ ਤੋਂ ਹਰ ਰੋਜ਼ ਚੰਡੀਗੜ੍ਹ-ਮੁਹਾਲੀ ਬਾਰਡਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਆਪਣੀਆਂ ਮੰਗਾਂ ਨੂੰ ਲੈ ਕੇ ਜਾਂਦਾ ਹੈ। ਇਹ ਮੋਰਚਾ ਸ਼੍ਰੀ ਗੁਰਨ ਸਿੰਘ ਸਾਹਿਬ ਜੀ ਦੀ ਛਤਰਛਾਇਆ ਹੇਠ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ 1 ਸਾਲ ਤੋਂ ਚੱਲ ਰਿਹਾ ਹੈ। ਮੋਰਚੇ ਦੀਆਂ ਮੁੱਖ ਮੰਗਾਂ ਸ਼੍ਰੀ ਗੁਰਨ ਸਿੰਘ ਸਾਹਿਬ ਜੀ ਦੀਆਂ ਬੇਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾ ਦਿਵਾਉਣ ਲਈ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਜੁਝਾਰੂ ਬੰਧੀ ਸਿੰਘਾਂ ਨੂੰ ਜਲਦ ਰਿਹਾ ਕਰਾਉਣ ਲਈ ਬਰਗਾੜੀ ਬਹਿਵਲ ਕਲਾਂ ਕੋਟਕਪੂਰਾ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ 328 ਰੂਪਾਂ ਦੇ ਚੋਰਾਂ ਨੂੰ ਸਖਤ ਸਜ਼ਾਵਾਂ ਦਿਵਾਉਣਾ ਹੈ ਹੁਣ ਚਲਦੇ ਹਾਂ ਸਿੱਖਾਂ ਨਾਲ ਸੰਬੰਧਿਤ ਕੋ ਮੰਤਰੀ ਖਬਰਾਂ ਵੱਲ Google ਨੇ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ ਜੈਮਨੀ ਉੱਪਰ ਦਿੱਤੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਸ਼ਾਮਲ ਨਹੀਂ ਕੀਤਾ ਪਰ ਇਸ ਦਾ ਕੋਈ ਕਾਰਨ ਵੀ ਨਹੀਂ ਸਪਸ਼ਟ ਨਹੀਂ ਕੀਤਾ ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਇਸ ਵਾਸਤੇ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਰਹੇ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਪਾਕ ਵਿੱਚ ਪਹਿਲੀ ਵਾਰ ਮਰਦਮ ਸਮਾਰੀ ਦੇ ਫਾਰਮਾ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਾਉਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਲੇਕਿਨ ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਕੁੱਲ ਆਬਾਦੀ ਦੀ ਸਿਰਫ 30% ਦੀ ਵੋਟਾਂ ਹੀ ਰਜਿਸਟਰਡ ਹਨ ਉਨ੍ਹਾਂ ਵਿੱਚੋਂ ਵੀ ਬਹੁਤੇ ਸਿੱਖ ਚੋਣਾਂ ਦੌਰਾਨ ਵੋਟ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਉਂਦੇ ਰੋਜ਼ਾਨਾ ਸਪੋਕਸਮੈਨ ਦੀ ਏਜੰਸੀ ਦੇ ਹਵਾਲੇ ਤੋਂ ਖਬਰ ਛਾਪੀ ਹੈ ਕਿ ਅਮਰੀਕੀ ਫੌਜ ਦੇ ਪਹਿਲੇ ਦਸਤਾਰਦਾਰ ਸਿੱਖ ਲੈਫਟਨੈਂਡ ਕਰਨਲ ਡਾਕਟਰ ਤੇਜਦੀਪ ਸਿੰਘ ਰਤਨ ਨੇ ਕੈਲੀਫੋਰਨੀਆ ਦੇ ਨਗਰ ਕੌਂਸਲ ਮਾਊਂਟੇਨ ਹਾਊਸ ਸਿਟੀ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਇਹ ਵੋਟਾਂ 5 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਹੋਣਗੀਆਂ ਰਿਪਬਲਿਕਨ ਪਾਰਟੀ ਦੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਨਾਲ ਭਾਈਵਾਲ ਤਾਂ ਬਣਨਾ ਚਾਹੁੰਦਾ ਹੈ ਪਰ ਉਹ ਹੁਣ ਤੱਕ ਅਮਰੀਕਾ ਦੀ ਅਗਵਾਈ ਤੇ ਭਰੋਸਾ ਨਹੀਂ ਕਰ ਰਿਹਾ ਨਿੱਕੀ ਹੈਲੀ ਨੇ ਕਿਹਾ ਕਿ ਭਾਰਤ ਗਲੋਬਲ ਸਥਿਤੀਆਂ ਵਿੱਚ ਚੁਸਤੀ ਖੇਡ ਰਿਹਾ ਹੈ ਅਤੇ ਉਹ ਜ਼ਿਆਦਾ ਰੂਸ ਦੇ ਨੇੜੇ ਜਾ ਰਿਹਾ ਹੈ ਇੱਕ ਪ੍ਰਸਿੱਧ ਅਮਰੀਕੀ ਟੀਵੀ ਨਿਊਜ਼ ਚੈਨਲ ਨੂੰ ਆਪਣੀ ਇੰਟਰਵਿਊ ਦੌਰਾਨ ਨਿੱਕੀ ਨੇ ਕਿਹਾ कि भारत अमेरिका ਨੂੰ ਸ਼ਾਇਦ ਕਮਜ਼ੋਰ ਸਮਝ ਰਿਹਾ ਹੈ ਉਸਨੇ ਕਿਹਾ ਮੈਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ ਭਾਰਤ ਸਾਡੇ ਨਾਲ ਪਾਈਵਾਲ ਬਣਨਾ ਚਾਹੁੰਦਾ ਹੈ ਪਰ ਸਮੱਸਿਆ ਇਹ ਹੈ ਕਿ ਉਹ ਰੂਸ ਨੂੰ ਵੀ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਉਹ ਰੂਸ ਤੋਂ ਫੌਜੀ ਸਾਜੋ-ਸਮਾਨ ਲੈਂਦਾ ਹੈ ਇਸ ਲਈ ਭਾਰਤ ਸਾਡੇ ਤੇ ਭਰੋਸਾ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਸਮਾਰਟ ਪੱਤਾ ਖੇੜਿਆ ਹੈ ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਆਪਣੇ ਦਖਲ ਦੇ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਸਖਤੀ ਨਾਲ ਖਾਰਜ ਕਰ ਦਿੱਤਾ ਹੈ। ਬਲਕਿ ਉਲਟਾ ਦੋਸ਼ ਲਗਾਇਆ ਹੈ ਕਿ ਮੁੱਖ ਮੁੱਦਾ ਨਵੀਂ ਦਿੱਲੀ ਦੇ ਅੰਦਰੂਨੀ ਮਾਮਲਿਆਂ ਵਿੱਚ ਓਟਾਵਾ ਦੀ ਦਖਲਅੰਦਾਜ਼ੀ ਰਿਹਾ ਹੈ। ਸੀਟੀਵੀ ਨਿਊਜ਼ ਦੀ ਰਿਪੋਰਟ ਦੇ ਅਨਸਾਰ ਕੈਨੇਡੀਅਨ ਫੈਡਰਲ ਕਮਿਸ਼ਨ ਦੇ ਸੰਦਰਭ ਚ ਸ਼ਰਤਾਂ ਮੁੱਖ ਰੂਪ ਨਾਲ 2019 ਅਤੇ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਚੀਨ, ਰੂਸ ਅਤੇ ਹੋਰ ਵਿਦੇਸ਼ੀ ਤਾਕਤਾਂ ਦੁਆਰਾ ਸੰਭਾਵੀ ਦਖਲਅੰਦਾਜ਼ੀ ਦੀ ਜਾਂਚ ਕਰਨਾ ਹੈ ਹੁਣ ਪੇਸ਼ ਹੈ ਤਫਸਰਾ ਪਾਣਾ ਸਿਦੂ ਦੇ ਹੱਕ ਵਿੱਚ ਨਿਤਰੇ ਪੰਜਾਬ ਦੀ ਨੌਜਵਾਨੀ ਦਾ ਸਵਾਗਤ ਕਰਦੇ ਹੋਏ ਰੋਜ਼ਾਨਾ ਪਹਿਰੇਦਾਰ ਨੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਜੇ ਐਨਾ ਹੀ ਜ਼ੋਰ ਪੰਜਾਬੀਆਂ ਨੇ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਲੇ ਲਾਇਆ ਹੁੰਦਾ ਤਾਂ ਨਾ ਅੱਜ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣਾ ਸੀ ਤੇ ਨਾ ਹੀ ਪਾਣਾ ਸਿਦੂ ਗ੍ਰਿਫਤਾਰ ਉਹ ਸਲਾਹ ਦਿੰਦੇ ਹਨ ਕੀ ਸਹੇ ਦੀ ਥਾਂ ਪਹੇ ਦੀ ਚਿੰਤਾ ਕਰੋ ਮਤਲਬ ਸਾਫ ਹੈ ਅੱਜ ਯੋਗ ਨਾਇਕ ਨਾ ਹੋਣ ਕਰਕੇ ਸਿੱਖ ਨੌਜਵਾਨੀ ਜਿਧਰ ਵੀ ਉਮੀਦ ਦੀ ਕਿਰਨ ਦਿਸਦੀ ਹੈ ਉਧਰ ਨੂੰ ਹੀ ਹੋ ਲੈਂਦੀ ਹੈ ਜਿਸ ਦਾ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਕਿਸੇ ਪੀੜਿਤ ਨਾਲ ਖੜਨਾ ਸਾਡਾ ਕੌਮੀ ਫਰਜ਼ ਹੈ ਲੇਕਿਨ ਇਸ ਲਈ ਆਪਣੇ ਕੌਮੀ ਕਾਰਜ ਨਹੀਂ ਭੁੱਲਣੇ ਚਾਹੀਦੇ ਅੱਜ ਕੌਮ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਬੰਦੀ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਫਾਸੀ 시구르간 사हेब 디 베르비 ate 배블 칼라 골이 칸드 સંપાદક জোর ਦੇ ਕੇ ਲਿਖਦਾ ਹੈ ਕਿ ਪੰਜਾਬ ਵਜਦਾ ਹੈ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਮ ਤੋਂ ਬਿਨਾ ਸਿੱਖੀ ਸਿਧਾਂਤਾਂ ਤੋਂ ਬਿਨਾ ਕੋਈ ਸੰਘਰਸ਼ ਨਹੀਂ ਲੜਿਆ ਜਾ ਸਕੇਗਾ ਵਕਤੀ ਲਹਿਰਾਂ ਉੱਠਣ ਗਈਆਂ ਆਉਣ ਗਈਆਂ ਤੇ ਜਾਣ ਗਈਆਂ ਸਿੱਖ ਜਵਾਨੀ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਹ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਵਾਰਿਸ ਹਨ ਲਖਵੰਤ ਸਿੰਘ ਦੋਬਰਜੀ ਇਸ ਨੂੰ ਹੋਰ ਵੀ ਸਪਸ਼ਟ ਕਰਦੇ ਹਨ ਕਿ ਸਿੱਖਾਂ ਦੀ ਲੜਾਈ ਭਾਰਤੀ ਸਟੇਟ ਨਾਲ ਹੈ ਨਾ ਕਿ ਉਸ ਦੇ ਪਾਲਤੂਆਂ ਨਾਲ ਪਾਣਾ ਸਿੱਧੂ ਲੱਖਾ ਸਿਧਾਣਾ ਤੇ ਸੁਖ ਜਗਰਾਉਂ ਪੰਜਾਬ ਦੀ ਗੱਲ ਕਰਦੇ ਹਨ ਪਰ ਭਾਰਤੀ ਸਟੇਟ ਦੇ ਵਿਰੁੱਧ ਨਹੀਂ ਬੋਲਦੇ ਦੀਪ ਸਿੱਧੂ ਤੇ ਅਮਰਿਤਪਾਲ ਪੰਜਾਬ ਦੀ ਲੜਾਈ ਦੀ ਜੜ ਸਮਝ ਕੇ ਚੱਲਦੇ ਸਨ ਉਹਨਾਂ ਦੇ ਨਾਲ ਕੋਈ ਨਹੀਂ ਖੜਿਆ ਇਹੀ ਤਾਂ ਸਟੇਟ ਚਾਹੁੰਦੀ ਹੈ ਕਿ ਸਿੱਖ ਪੰਜਾਬ ਸਰਕਾਰ ਨਾਲ ਉਲਝੇ ਰਹਿਣ ਤੇ ਕੇਂਦਰ ਦੀ ਮਾਰੂ ਨੀਤੀਆਂ ਬਾਰੇ ਕਦੇ ਸੋਚਣ ਵੀ ਨਾ ਸਪੋਕਸਮੈਨ ਨੇ ਕੈਨੇਡਾ ਵੱਲੋਂ ਭਾਰਤੀਆਂ ਤੇ ਜ਼ਮੀਨ ਖਰੀਦਣ ਦੇ 2 ਸਾਲ ਦੀ ਗਰਪਾ ਬੰਦੀ ਨੂੰ ਲੈ ਕੇ ਵੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਾਡਾ ਕਸੂਰ ਥੋੜਾ ਨਹੀਂ ਕਿਉਂਕਿ ਅਸੀਂ ਆਪਣੀ ਛਵੀ ਨੂੰ ਇਸ ਕਦਰ ਖਰਾਬ ਕੀਤਾ ਹੈ ਕਿ ਜਿਹੜੇ ਦੇਸ਼ ਕਦੇ ਸਾਨੂੰ ਆਪਣੇ ਸਿਸਟਮ ਦਾ ਹਿੱਸਾ ਬਣਾਉਂਦੇ ਸਨ ਅੱਜ ਆਪਣੇ ਦਰਵਾਜ਼ਿਆਂ ਤੇ ਸਾਡੇ ਵਾਸਤੇ ਜੰਦਰਾ ਲਗਾਉਣ ਬਾਰੇ ਸੋਚ ਰਹੇ ਹਨ ਅਸੀਂ ਕਿਸ ਤਰ੍ਹਾਂ ਇੱਕ ਅਣਚਾਹੇ ਮਹਿਮਾਨ ਬਣੇ ਇਸ ਬਾਰੇ ਅਸੀਂ ਆਪ ਵੀ ਜਾਣੂ ਹਾਂ ਜਦ ਤੱਕ ਅਸੀਂ ਜਾ ਕੇ ਵਿਦੇਸ਼ਾਂ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਰਹਾਂਗੇ ਦਰਵਾਜ਼ੇ ਖੁੱਲੇ ਰਹਿਣਗੇ ਪਰ ਜਦ ਮਹਿਮਾਨ ਨਵਾਜ਼ੀ ਦੀ ਦੁਰਵਰਤੋਂ ਹੋਵੇਗੀ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਹੀ ਬਣਨਗੇ ਕਾਨੂੰਨ ਦੀ ਦੁਰਵਰਤੋਂ ਡੰਕੀ ਆਇਲੈਟਸ ਵਾਲੇ ਵਿਆਹ ਕਾਲਜਾਂ ਦੀਆਂ ਫਰਜ਼ੀ ਡਿਗਰੀਆਂ ਦੀ ਆੜ ਵਿੱਚ ਵਿਦੇਸ਼ਾਂ ਵਿੱਚ ਗਲਤ ਰਾਹ ਗੁੰਡੇ ਤੇ ਨਸ਼ੇ ਦੇ ਗਰੂਹਾਂ ਨੇ ਸੱਚਮੁੱਚ ਹੀ ਲੋਕਾਂ ਦੇ ਰਸਤੇ ਮੁਸ਼ਕਲਾਂ ਨਾਲ ਭਰ ਦਿੱਤੇ ਹਨ ਅੱਜ ਪੰਜਾਬ ਵਿੱਚ ਇਨ੍ਹਾਂ ਪ੍ਰਤੀ ਜਾਗਰੂਕਤਾ ਤੇ ਕਾਨੂੰਨ ਦਾ ਸ਼ਿਕੰਜਾ ਜ਼ਰੂਰੀ ਹੈ ਨਹੀਂ ਤਾਂ ਇੱਕ ਵਧੀਆ ਤਰੱਕੀ ਦਾ ਰਾਹ ਜੋਗ ਬੱਚਿਆਂ ਵਾਸਤੇ ਵੀ ਬੰਦ ਹੋ ਜਾਵੇਗਾ ਉਤਰਾਖੰਡ ਸੂਬੇ ਵੱਲੋਂ ਸਮਾਨ ਕਾਨੂੰਨ ਅਰਥਾਤ ਯੂਸੀਸੀ ਲਾਗੂ ਕੀਤੇ ਜਾਣ ਤੇ ਸਪੋਕਸਮੈਨ ਨੇ ਸਵਾਲ ਉਠਾਇਆ ਹੈ ਕਿ ਸਾਰੇ ਧਰਮਾਂ ਲਈ ਇੱਕ ਕਾਨੂੰਨ ਅਮਰੀਕਾ ਵਰਗਾ ਜਾਂ ਮੁਸਲਿਮ ਦੇਸ਼ਾਂ ਵਰਗਾ ਅਖਬਾਰ ਲਿਖਦਾ ਹੈ ਕਿ ਇਹ ਸੋਚ ਉਸ ਭਾਰਤ ਦੀ ਨਹੀਂ ਜਿਸ ਨੇ ਆਜ਼ਾਦੀ ਸੰਗਰਾਮ ਵਿੱਚ ਅੱਗੇ ਹੋ ਕੇ ਲੜਨ ਵਾਲਿਆਂ ਨਾਲ ਕੁਝ ਵਾਅਦੇ ਕੀਤੇ ਸਨ ਆਪਣੀ ਹੋਣ ਦੀ ਆਜ਼ਾਦੀ ਬਰਕਰਾਰ ਰੱਖਣ ਦੇ ਹੱਕ ਦਿੱਤੇ ਜਾਣ ਦੇ ਵਾਅਦੇ ਨਾਲ ਹੀ ਘਟ ਗਿਣਤੀਆਂ ਨੇ ਭਾਰਤ ਵਿੱਚ ਰਹਿਣਾ ਚੁਣਿਆ ਸੀ ਜੇ ਇੱਕ ਸਾਂਝਾ ਕਾਨੂੰਨ ਬਣਾਉਣਾ ਵੀ ਹੈ ਤਾਂ ਉਹ ਸਾਂਝ ਕਿਸ ਬੁਨਿਆਦ ਤੇ ਹੋਵੇਗੀ ਇਹ ਬੜਾ ਵੱਡਾ ਸਵਾਲ ਹੈ ਜੇ ਅਮਰੀਕਾ ਦੇ ਯੂਸੀਸੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਾਨੂੰਨ ਮਾਨਵੀ ਆਜ਼ਾਦੀ ਨੂੰ ਸਭ ਤੋਂ ਉੱਚਾ ਰੱਖਦੇ ਹਨ ਪਰ ਜੋ ਯੂਸੀਸੀ ਇੱਥੇ ਲਾਗੂ ਹੋਣ ਜਾ ਰਿਹਾ ਹੈ ਉਹ ਸਿਰਫ ਇੱਕ ਧਰਮ ਦੀ ਬੁਨਿਆਦੀ ਸੋਚ ਅਰਥਾਤ ਹਿੰਦੂਤਵਾ ਸੋਚ ਦਾ ਪ੍ਰਗਟਾਵਾ ਹੀ ਹੈ ਅਜੀਤ ਵਿੱਚ ਹਰਜਿੰਦਰ ਸਿੰਘ ਲਾਲ ਲਿਖਦੇ ਹਨ ਕਿ ਇੱਕ ਦੇਸ਼ ਇੱਕ ਕਾਨੂੰਨ ਦੇਸ਼ ਨੂੰ ਤਾਣਾशाही ਵੱਲ ਤੇ ਸਪਸ਼ਟ ਰੂਪ ਵਿੱਚ ਸੰਘਵਾਦ ਤੋਂ ਦੂਰ ਲੈ ਕੇ ਜਾਏਗਾ ਇਹ ਵਖ ਵਖ ਖਿੱਤਿਆਂ ਤੇ ਪਾਸ਼ਾਵਾਂ ਦੇਵੀ ਵਿਰੁੱਧ ਹੈ ਸਪੋਕਸਮੈਨ ਵਿੱਚ ਉੱਗੇ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਟਿਲੋਂ ਸਾਫਾ ਕਾ ਪ੍ਰੋਫੈਸਰ ਇਤਿਹਾਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਛਪੇ ਲੇਖ ਦੀ ਚਰਚਾ ਜ਼ਰੂਰੀ ਬਣਦੀ ਹੈ ਲੇਖਕ ਪ੍ਰੋਫੈਸਰ ਪੂਰਨ ਸਿੰਘ ਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਦੀ ਅਟਲ ਚਾਈ ਦੇ ਹਵਾਲੇ ਨਾਲ ਲੇਖ ਸ਼ੁਰੂ ਕਰਦੇ ਹੋਏ ਲਿਖਦਾ ਹੈ ਕਿ ਖਾਲਸਾ ਪੰਥ ਦਾ ਬਲ ਤੇ ਇਸ ਦਾ ਮਾਨ ਸਨਮਾਨ ਇਸ ਦੇ ਨਿਆਰੇ ਰੂਪ ਅਤੇ ਨਿਆਰੀ ਰਹਿਣੀ ਬਹਿਣੀ ਵਿੱਚ ਹੀ ਹੈ ਇਸ ਤੇ ਡਿੜ ਰਹਿ ਕੇ ਹੀ ਸਿੱਖਾਂ ਨੇ ਅਬਦਾਲੀ ਵਰਗੇ ਤਾਕਤਵਰ ਤੇ ਜ਼ਾਲਮ ਹਮਲਾਵਰਾਂ ਦੇ ਮੁਹਮੋਰ ਦਿੱਤੇ ਸਨ ਇਸੇ ਕਰਕੇ ਦੇਸ਼ ਦੀ ਆਜ਼ਾਦੀ ਦੇ ਹਵਨਕੁੰਡ ਵਿੱਚ ਸਭ ਤੋਂ ਛੋਟੀ ਕੌਮ ਹੋਣ ਦੇ ਬਾਵਜੂਦ ਸਿੱਖਾਂ ਨੇ ਸਭ ਤੋਂ ਵੱਧ ਆਹੂਤੀਆਂ ਪਾਉਣ ਦਾ ਮਾਨ ਪ੍ਰਾਪਤ ਕੀਤਾ ਇਹ ਤਦਸੀ ਜਦ ਸਿੱਖੀ ਸਿਰਰ ਦਾ ਕੋਈ ਸਾਨੀ ਨਹੀਂ ਸੀ ਸਰਬਤ ਖਾਲਸਾ ਅਤੇ ਗੁਰਮਤ ਦਾ ਸੰਕਲਪ ਕਿਸੇ ਵੀ ਸ਼ੰਕਾ ਅਤੇ ਦੁਬਿਧਾ ਤੋਂ ਮੁਕਤ ਸੀ ਪੰਜ ਪਿਆਰਿਆਂ ਦੀ ਸੰਸਥਾ ਵੀ ਕਿਸੇ ਵਿਅਕਤੀ ਦੀ ਨਿੱਜੀ ਲਾਲਸਾ ਤੋਂ ਮੁਕਤ ਸੀ ਗੁਰੂ ਸਮਰਪਣ ਸੀ ਵਾਹਿਰੂ ਜੀ ਕੀ ਫਤਿਹ ਹੀ ਸਿੱਖੀ ਦਾ ਗੌਰਵ ਸੀ ਲੇਕਿਨ ਇਸ ਦੇ ਬਾਅਦ ਸਿੱਖ ਲੀਡਰਸ਼ਿਪ ਅਤੇ ਸਿੱਖ ਸੰਸਥਾਵਾਂ ਨੇ ਆਪਣੀ ਹਉਮੈ ਨਿੱਜੀ ਲਾਲਸਾ ਮਾਇਆਤਾਰੀ ਸੋਚ ਦੇ ਵਸ ਹੋ ਕੇ ਪੰਜਾਬ ਅਤੇ ਪੰਥ ਨੂੰ ਬਹੁਪੱਖੀ ਸੰਕਟਾਂ ਵਿੱਚ ਜਕੜ ਦਿੱਤਾ ਹੈ ਪੰਜਾਬ ਦੇ ਰਾਜਨੀਤਿਕ ਮੁੱਦੇ ਦਹਾਕਿਆਂ ਤੋਂ ਲਟਕਦੇ ਚਲੇ ਆ ਰਹੇ ਹਨ ਸਾਡੀਆਂ ਪੰਥਕ ਸੰਸਥਾਵਾਂ ਭਗਵੇ ਰੰਗ ਵਿੱਚ ਰੰਗੀਆਂ ਨਜ਼ਰ ਆ ਰਹੀਆਂ ਹਨ ਮਿਸਾਲ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਗਵੀ ਰਾਜਨੀਤੀ ਦੇ ਦਬਾਅ ਹੇਠ ਆ ਕੇ ਨਾਨਕ ਸਾਹੀ ਕੈਲੰਡਰ ਲਾਗੂ ਨਾ ਕਰ ਸਕੀ ਇਹ ਕੁਟਲ ਰਾਜਨੀਤੀ ਸਿੱਖ ਸੰਸਥਾਵਾਂ ਤੇ ਐਨੀ ਹਾਵੀ ਹੋ ਚੁੱਕੀ ਹੈ ਕਿ ਇਸ ਸੰਸਥਾ ਨੇ 1984 ਦੀਆਂ ਦਰਦਨਾਕ ਘਟਨਾਵਾਂ ਦਾ ਪਰਦਾਫਾਸ਼ ਕਰਨ ਲਈ 3 ਸਾਲ ਦੀ ਮਿਹਨਤ ਨਾਲ ਲਿਖਿਆ ਹੋਇਆ ਵਾਈਟ ਪੇਪਰ ਟਰੂਥ ਅਬਾਊਟ ਪੰਜਾਬ ਵੀ ਨਹੀਂ ਪ੍ਰਕਾਸ਼ਿਤ ਕੀਤਾ ਅਜ ਤੱਕ ਇਹ ਦਸਤਾਵੇਜ਼ ਸਰਕਾਰ ਵੱਲੋਂ ਆਪਣੀਆਂ ਕਾਲੀਆਂ ਕਰਤੂਤਾਂ ਦੀ ਸਫਾਈ ਪੇਸ਼ ਕਰਨ ਲਈ ਜਾਰੀ ਕੀਤੇ ਗਏ ਵਾਈਟ ਪੇਪਰ ਤੇ ਜਵਾਬ ਵੀ ਲਿਖਿਆ ਗਿਆ ਸੀ ਸ੍ਰੀ ਅਕਾਲ ਤਖਸੈਰ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਵੀ ਅਕਸਰ ਸਿਆਸਤ ਤੋਂ ਪ੍ਰਭਾਵਿਤ ਹੁੰਦੇ ਹਨ ਸੌਦਾ ਸਾਦ ਨੂੰ ਮੁਆਫੀ ਦੇਣ ਲਈ ਜਾਰੀ ਕੀਤਾ ਗਿਆ ਹੁਕਮਨਾਮਾ ਪੰਥਦਰਦੀਆਂ ਨੂੰ ਪ੍ਰਵਾਨ ਨਹੀਂ ਸੀ ਇਹ ਸਭ ਅਕਾਲੀ ਦਲ ਦਾ ਭਗਵਾ ਪਾਰਟੀ ਨਾਲ ਗਠਜੋੜ ਕਰਕੇ ਹੋਇਆ ਇਸ ਲਈ ਪੰਥ ਦੇ ਮੌਜੂਦਾ ਸੰਕਟ ਦਾ ਹੱਲ ਇਹੀ ਹੈ ਕਿ ਸਿੱਖ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਤੇ ਪੰਥ ਪ੍ਰਸਤ ਬਣਾ ਕੇ ਸ਼ਕਤੀਸ਼ਾਲੀ ਬਣਾਇਆ ਜਾਵੇ ਖਾਲਸੇ ਦੀ ਵਿਲੱਖਣ ਹਸਤੀ ਨੂੰ ਸਲਾਮਤ ਰੱਖਿਆ ਜਾਵੇ ਕਿ ਜੇ ਰਕਾਬਗਨ ਸਾਹਿਬ ਦੀ ਆਪਾਂ ਗੱਲ ਚੱਲੀਏ ਤੇ ਆਪਾਂ ਸਾਰੇ ਜਾਣਦੇ ਆਂ ਕਿ ਇਹ ਭਾਈ ਲੱਖੀ ਸ਼ਾਹ ਬਨਜਾਰੇ ਦਾ ਘਰ ਹੀ ਭਾਈ ਲੱਖੀ ਸ਼ਾਹ ਬਨਜਾਰਾ ਕੋਈ ਮਾੜਾ ਮੋਟ ਬੰਦਾ ਨਹੀਂ ਸੀ ਬਹੁਤ ਜ਼ਿਆਦਾ ਅਮੀਰ ਸੀ ਇੱਕ ਲਬਾਣਾ ਸੀ ਇੱਕ ਪਾਸੇ ਤੇ ਭਾਈ ਲੱਖੀ ਸ਼ਾਹ ਬਨਜਾਰਾ ਜਿਹੜਾ ਗੁਰੂ ਸਾਹਿਬ ਤੇ ਅਦਬ ਤੇ ਸਤਿਕਾਰ ਦੀ ਆਪਣੇ ਘਰ 'ਚ ਗੁਰੂ ਸਾਹਿਬ ਦਾ ਧੜ ਰੱਖ ਕੇ ਤੇ ਘਰ ਨੂੰ ਅੱਗ ਲਾ ਰਿਹਾ ਕਿ ਗੁਰੂ ਪਾਤਸ਼ਾਹ ਦੀ ਆਨ ਬਾਨ ਸ਼ਾਂਤ ਨਹੀਂ ਵਰਕੇ ਪੈਣਾ ਚਾਹੀਦਾ ਇੱਕ ਬੰਨਿਆ ਦਿੱਲੀ ਦਾ ਸਿਰਸਾ ਵਾ ਜਿਹੜਾ ਆਪਣੀ ਰਾਜਨੀਤਿਕ ਤਾਕਤ ਨੂੰ ਵਧਾਉਣ ਲਈ ਅੱਜ ਜਿਹੜੇ ਲੈਹੇ ਦੇ ਵਿੱਚ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਕਿਉਂਕਿ ਇਤਿਹਾਸ ਨੂੰ ਵਰਤਨ ਪਛੇ ਇਹਦੀ ਬੇਈਮਾਨੀ ਹੈ ਖਾਲਸੇ ਨੇ ਜਦੋਂ ਦਿੱਲੀ ਤੇ ਚੜ੍ਹਾਈ ਕੀਤੀ ਦਿੱਲੀ ਨੂੰ ਫਤਿਹ ਕੀਤਾ ਤੇ ਫਿਰ ਉੱਥੇ ਬਾਦਸ਼ਾਹ ਦੇ ਨਾਲ ਇੱਕ ਸਮਝੌਤਾ ਹੋਇਆ ਉਹ ਸਮਝੌਤਾ ਕੀ ਹੈਗਾ ਸੀ ਕਿ ਸਿੱਖ ਜਿਹੜੇ ਉਹਨੂੰ ਛੱਡ ਕੇ ਚੱਲ ਜਾਣਗੇ ਪਰ ਇੱਥੇ ਗੁਰਦੁਆਰਿਆਂ ਦੀਆਂ ਜਿਹੜੀਆਂ ਥਾਵਾਂ ਉਹਦੀ ਨਿਸ਼ਾਨਦੇਹੀ ਹੋਊਗੀ ਤੇ ਜਿੱਥੇ ਜਿੱਥੇ ਜਿਹੜੇ ਜਿਹੜੇ ਵੀ ਥਾਂ ਗੁਰੂ ਪਾਤਸ਼ਾਹ ਦੇ ਨਾਲ ਸਬੰਧਤ ਆ ਉਥੇ ਗੁਰਦੁਆਰਿਆਂ ਦੀ ਉਸਾਰੀ ਕੀਤੀ ਜਾਊ। ਅਰ ਸਿੱਖਾਂ ਨੇ ਬੜੇ ਸ਼ਾਂਤਮਈ ਬੜੇ ਸਹਿਜ ਤੇ ਬੜੇ ਹੌਸਲੇ ਦੇ ਨਾਲ ਉਹਨਾਂ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੀ ਉਸਾਰੀ ਕੀਤੀ ਜਿਹੜੀ ਗੱਲ ਸਿਰਸਾ ਜਿਹੇ ਤਰੀਕੇ ਨਾਲ ਕਹਿ ਰਹੇ ਸਿੱਖਾਂ ਨੇ ਇਦਾਂ ਨਹੀਂ ਕੀਤਾ। 100 ਕਾਜ਼ੀ ਮੁੱਲਾ ਨੇ ਦਸਤਖਤ ਕੀਤੇ। ਭਈ ਇੱਥੇ ਗੁਰਦੁਆਰਾ ਕਾਬਗਨ ਸਾਹਿਬ ਬਣ ਰਿਹਾ ਇਹਦੇ ਇੱਥੇ ਨਾਲ ਇਹਦੇ ਨੇੜੇ ਤੇੜੇ ਜਿਹੜੀ ਮਸਜਿਦ ਆ ਜੇ ਉਹ ਅੜਚਣਾ ਰਹੀ ਆ। ਉਨ੍ਹਾਂ ਦੀ ਸਹਿਮਤੀ ਦੇ ਨਾਲ ਔਰ ਬਾਦਸ਼ਾਹ ਦੀ ਮੋਹਰ ਦੇ ਨਾਲ ਉਹ ਚੀਜ਼ ਨੂੰ ਖਤਮ ਕਰਕੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਨਾ ਕਿ ਧੱਕਾ ਕੀਤਾ ਗਿਆ। ਇਸਨ ਬੀਤੇ ਹਫਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ छਪੀਆਂ ਪੰਥ ਅਤੇ ਪੰਜਾਬ ਦੀਆਂ ਕੁਝ ਮੁੱਖ ਖਬਰਾਂ। ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਕਰਕੇ ਸਾਨੂੰ ਹੌਸਲਾ ਵੀ ਬਖਸ਼ੋ ਜੀ। ਇਸੇ ਨਾਲ ਦੇ ਉਜਾੜਤ ਹੱਸਦੇ ਵਸਤੇ ਰਹੋ। ਖੁਸ਼ ਰਹੋ ਆਵਾਜ਼ ਰਹੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਪਾਉ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ